ਜ਼ਿਲ੍ਹਾ ਤਰਨਤਾਰਨ ਦੇ ਥਾਣਾ ਭਿੱਖੀ ਪਿੰਡ ਦੇ ਅਧੀਨ ਆਉਂਦੇ ਪਿੰਡ ਬਲੇਰ ਦੇ ਲਿਬਨਾਨ 'ਚ ਕੰਮ ਕਰਨ ਗਏ ਗੁਰਲਵਪ੍ਰੀਤ ਸਿੰਘ ਦੀ ਅਣਪਛਾਤੇ ਲੋਕਾਂ ਵੱਲੋਂ ਅੰਨੇਵਾਹ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਜਿਸ ਤੋਂ ਬਾਅਦ ਗੁਰਲਵਪ੍ਰੀਤ ਸਿੰਘ ਦੀ ਲਾਸ਼ ਅੱਜ ਇਲਾਕੇ 'ਚ ਪੁੱਜੀ ਅਤੇ ਇਲਾਕੇ 'ਚ ਸੋਗ ਦੀ ਲਹਿਰ ਫੈਲ ਗਈ। ਮੌਕੇ 'ਤੇ ਵੱਡੀ ਗਿਣਤੀ 'ਚ ਲੋਕਾਂ ਨੇ ਪੁੱਜ ਕੇ ਅਫਸੋਸ ਜਤਾਇਆ ਅਤੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਲਿਬਨਾਨ ਦੇ ਅਧਿਕਾਰੀਆਂ ਨਾਲ ਸੰਪਰਕ ਕਰਕੇ ਕਾਤਲਾਂ ਨੂੰ ਮੌਤ ਦੀ ਸਜ਼ਾ ਦਿਵਾਈ ਜਾਵੇ। ਉੱਧਰ ਇਸ ਮੌਕੇ ਕਨੂਗੋ ਸੁਰਿੰਦਰਪਾਲ ਭਿੱਖੀਵਿੰਡ ਵੀ ਪੁੱਜੇ, ਜਿਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਿਹਾ ਕਿ ਪਰਿਵਾਰ ਦੀ ਜੋ ਵੀ ਮਦਦ ਹੋਊਗੀ ਉਹ ਸਰਕਾਰ ਵੱਲੋਂ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਘਟਨਾ ਵੇਖੋ ਜੀ, ਉੱਥੇ ਰੋਜ਼ੀ ਰੋਟੀ ਵਾਸਤੇ ਗਿਆ ਸੀ, ਸਾਡੇ ਆਪਦਾ ਹੀ ਪਰਿਵਾਰ ਹੈ ਜੀ, ਮੇਰਾ ਭਤੀਜਾ ਹੀ ਸੀਗਾ ਜੀ। ਕੁਛ ਕਾਰਨ ਇਹ ਤਾਂ ਆਪਦੇ ਕਮਰੇ ਵਿੱਚ ਸੁੱਤੇ ਪਏ ਸੀ, ਜੋ ਮੈਂ ਉੱਧਰ ਦੀ ਅਖਬਾਰ ਤੋਂ ਪੜ੍ਹਿਆ ਜਾਂ ਪਤਾ ਲੱਗਾ, ਉਹ ਸਿਕਿਉਰਿਟੀ ਗਾਰਡ ਨੇ ਕੋਨੇ ਵਾ ਕੇ ਗੋਲੀਆਂ ਚਲਾਤੀਆਂ, ਜੋ ਇੱਕ ਗੋਲੀ ਇਹਦੇ ਲੱਗੀ ਜਿਹਦੇ ਕਰਕੇ ਡੈਥ ਹੋ ਗਈ। ਚਲੋ ਦੋ ਤਿੰਨ ਦਿਨ ਦੇਖ ਰਿਹਾ ਵੀ ਸ਼ਾਇਦ ਕੰਪਨੀ ਬੋਡੀ ਨੂੰ ਭੇਜ ਦੇਗੀ। ਉਸ ਤੋਂ ਬਾਅਦ ਮੇਰੇ ਸਾਰੇ ਪਿੰਡ ਵਾਲੇ ਚਾਚਿਆਂ ਤਾਇਆਂ ਨੇ, ਮੇਰੇ ਭਰਾਵਾਂ ਨੇ, ਅਸੀਂ ਫਿਰ ਕੈਰੋ ਸਾਹਿਬ ਨੂੰ ਕਿਹਾ, ਕੈਰੋ ਸਾਹਿਬ ਨੇ ਮੈਡਮ ਸੁਖਨਾ ਸਵਰਾਜ ਨਾਲ ਗੱਲ ਕੀਤੀ। ਧੰਨਵਾਦੀ ਹਾਂ ਸਰਦਾਰ ਦੇਸ਼ ਪ੍ਰਤਾਪ ਸਿੰਘ ਕੈਰੋਂ ਦੇ, ਜਿਨ੍ਹਾਂ ਨੇ ਸਾਡਾ ਉਸੇ ਵੇਲੇ ਹੀ ਕਰਕੇ ਜਿਹੜੀ ਸਾਡੀ ਜੋ ਬਣਦੀ ਕਾਰਵਾਈ ਸੀ ਉਹ ਕਰਵਾ ਕੇ ਜਿਹੜੀ ਬੋਡੀ ਆ ਸਾਡੇ ਪਿੰਡ ਸਾਡੇ ਵਾਰਸਾਂ ਦੇ ਹਵਾਲੇ ਕਰਤੀ ਆ। ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਸਰਦਾਰ ਦੇਸ਼ ਪ੍ਰਤਾਪ ਸਿੰਘ ਜੀ ਕੈਰੋਂ ਦਾ। ਉਸ ਵਾਲੀ ਗੱਲ ਹੈ ਜੀ, ਪ੍ਰਸ਼ਾਸਨ ਵੱਲੋਂ ਮੈਂ ਅਤੇ ਸਰਦਾਰ ਰਣਜੋਤ ਸਿੰਘ ਪਟਵਾਰੀ ਐਸ ਡੀ ਐਮ ਸਾਹਿਬ ਨੇ ਸਾਡੀ ਡਿਊਟੀ ਲਾਈ ਸੀ, ਅਸੀਂ ਉਹਨਾਂ ਦੇ ਬਿਹਾਫ 'ਤੇ ਜਿਹੜਾ ਸੰਸਕਾਰ ਦੇ ਅੰਤਿਮ ਰਸਮਾਂ ਦੇ ਸ਼ਾਮਿਲ ਹੋਏ ਹਾਂ ਅਤੇ ਪ੍ਰਸ਼ਾਸਨ ਵੱਲੋਂ ਉਹਨਾਂ ਦੇ ਬਿਹਾਫ 'ਤੇ ਭਰੋਸਾ ਦਿਵਾਉਣੇ ਹਾਂ ਕਿ ਜੋ ਵੀ ਕੋਈ ਇਹਨਾਂ ਦੀ ਕੋਈ ਕਾਨੂੰਨੀ ਮਦਦ ਹੋਊਗੀ ਉਹ ਸਰਕਾਰ ਵੱਲੋਂ ਇਹਨਾਂ ਨੂੰ ਸਮੇਂ ਸਿਰ ਜਿਹੜੀ ਆ ਕੀਤੀ ਜਾਵੇ। ਜਹਾਜ਼ ਉੱਥੇ ਲੱਗਾ 11 ਵਜੇ ਉਹਨਾਂ ਸਹੀ ਕਰਿਆ, ਉੱਥੇ 10 ਵਜੇ ਅਸੀਂ ਪਿੰਡ ਲੈ ਗਏ ਘਰੇ, ਹੁਣ ਸਰਕਾਰ ਕਰਤਾ ਜੀ ਬੋਡੀ ਸ਼ਾਸਨ ਤੋਂ ਇਹ ਪਹੁੰਚ ਚਾਹੁੰਦੇ ਵੀ ਸਾਡੀ ਸਰਕਾਰ ਮਦਦ ਕਰੇ, ਜਿਹੜੇ ਬੰਦੇ ਨੇ ਸਾਡੇ ਬੰਦੇ ਨੂੰ ਮਾਰਿਆ ਉਹਨੂੰ ਕੋਈ ਸਜ਼ਾ ਆਵੇ, ਉਹਨੂੰ ਕੋਈ ਫਾਂਸੀ ਦਿੱਤੀ ਜਾਵੇ, ਉੱਧਰ ਉਹਦਾ ਕੋਈ ਰੁਝਾਨਾ ਪਾਇਆ ਜਾਵੇ, ਮਾਲੀ ਸਹਾਇਤਾ ਦਿੱਤੀ ਜਾਵੇ ਪਰਿਵਾਰ ਨੂੰ, ਬਹੁਤ ਘਾਟਾ ਪੈ ਗਿਆ। ਜਾਗਰਤੀ ਲੈਣ ਲਈ ਭਿੱਖੀਵਿੰਡ ਤੋਂ ਹਰਮਨ ਵਾਂ ਦੀ ਰਿਪੋਰਟ।